ਸ੍ਰੀਕਾਲ ਸਾਰਿਆਂ ਨੂੰ। ਮੇਰਾ ਨਾਮ ਵਿਵੇਕਜੋਤ ਬਰਾੜ ਹੈ। ਮੇਰੇ ਨਾਲ ਅੱਜ ਹਰਚੰਦ ਸਿੰਘ ਬਾਗੜੀ ਜੀ ਨੇ, ਜਿਨ੍ਹਾਂ ਦੀਆਂ 11 ਕਵਿਤਾ ਦੀਆਂ ਪੁਸਤਕਾਂ, 2 ਮਹਾਕਾਵ, 1 ਸਵੈ ਜੀਵਨੀ ਤੇ 2 ਕਹਾਣੀਆਂ ਦੀਆਂ ਪੁਸਤਕਾਂ ਆਈਆਂ ਨੇ। ਮਤਲਬ ਕਿ ਸਾਡੇ ਕੋਲ ਬਹੁਤ ਹੀ ਵਰਸਟਾਈਲ ਰਾਈਟਰ ਨੇ। ਤਾਂ ਅੱਜ ਇਹਨਾਂ ਨੇ ਵਰਸਟੈਲਿਟੀ ਕਿਵੇਂ ਮੇਨਟੇਨ ਕੀਤੀ, ਕਿਵੇਂ ਸਟਾਰਟ ਕੀਤਾ, ਕਿਵੇਂ ਲਿਖਣ ਦਾ ਸਫ਼ਰ ਸਟਾਰਟ ਕੀਤਾ, ਉਹਦੇ ਬਾਰੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਹੁਣੇ ਹੁਣੇ ਇਹਨਾਂ ਦਾ ਸਾਹਾਂ ਦਾ ਸਫ਼ਰ ਨਾਮ ਦੀ ਸਵੈ ਜੀਵਨੀ ਆਈ ਹੈ, ਤਾਂ ਪਹਿਲਾਂ ਇਹਨਾਂ ਦੇ ਸਾਹਾਂ ਦਾ ਸਫ਼ਰ ਸਟਾਰਟ ਕਿਵੇਂ ਹੋਇਆ, ਉਹਦੇ ਬਾਰੇ ਆਪਾਂ ਇਹਨਾਂ ਤੋਂ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਬਾਗੜੀ ਸਾਹਿਬ, ਤੁਹਾਡਾ ਸਵਾਗਤ ਹੈ। ਤੁਸੀਂ ਦੱਸੋ ਕਿ ਸਾਹਾਂ ਦਾ ਸਫ਼ਰ, ਤੁਹਾਡੀ ਸੁਰਤ ਵੇਲੇ ਤੋਂ ਸਾਹਾਂ ਦਾ ਸਫ਼ਰ ਕਿਹੋ ਜਿਹਾ ਰਿਹਾ, ਉਹਦੇ ਬਾਰੇ ਤੁਸੀਂ ਆਪਣੇ ਬਾਰੇ ਦੱਸੋ। ਹਬੀਬਾ ਜੀ, ਜੇ ਮੈਂ ਆਪਦੇ ਸਾਹਾਂ ਦਾ ਸਫ਼ਰ ਸ਼ੁਰੂ ਕੀਤਾ ਨਾ, ਤੁਸੀਂ ਹੱਸੋ, ਕਿਉਂਕਿ ਮੈਂ ਇੱਕ ਜਨਮ ਲਿਆ ਹੈਗਾ ਉਸ ਪਿੰਡ ਦੇ ਵਿੱਚ ਜਿਹੜਾ ਸ਼ਹਿਰ ਤੋਂ 10-12 ਕਿਲੋਮੀਟਰ ਦੂਰ ਸੀਗਾ। ਟਿੱਬੇ, ਝਾੜ, ਸੁਸਰਾ ਸੀਗਾ ਅਤੇ ਮੇਰਾ ਪਰਿਵਾਰ ਬਿਲਕੁਲ ਅਨਪੜ੍ਹ ਸੀਗਾ। ਅਤੇ ਉਦੋਂ ਕੁਦਰਤ ਰੱਬ ਦੀ ਸੀਗੀ, ਉਦੋਂ ਸਾਇੰਸ ਨੇ ਬਹੁਤ ਤਰੱਕੀ ਨਹੀਂ ਸੀ ਕੀਤੀ, ਅਤੇ ਉਸ ਕਰਕੇ ਮੇਰਾ ਜਨਮ ਹੋ ਗਿਆ। ਅਸੀਂ 9 ਭੈਣ ਭਰਾ ਹੈਗੇ ਆ, ਜੇ ਅੱਜ ਵਾਲਾ ਸਿਸਟਮ ਹੁੰਦਾ ਸ਼ਾਇਦ ਮੈਂ ਨਾ ਹੁੰਦਾ। ਅਤੇ ਚਲੋ, ਇੱਕ ਪਿੰਡ ਦੇ ਵਿੱਚ ਜਨਮ ਲੈ ਲਿਆ। ਉਦੋਂ ਸਾਡੇ ਪਿੰਡ ਦਾ ਰਿਵਾਜ਼ ਕੋਈ ਪੜ੍ਹਾਈ ਦਾ ਨਹੀਂ ਸੀ ਹੁੰਦਾ, ਬੱਚੇ ਪੈਦਾ ਹੁੰਦੇ ਸੀਗੇ ਅਤੇ ਉਹ ਜਿਹੜਾ ਤੁਰਨ ਲੱਗ ਜਾਂਦਾ ਸੀ, ਹੁਣ ਸੋਟੀ ਪੜਾਉਣ 'ਤੇ ਉਹ ਡੰਗਰ ਚਾਰਨ ਲੱਗ ਜਾਂਦਾ ਸੀਗਾ, ਉਹ ਡੰਗਰ ਚਾਰਦਾ ਚਾਰਦਾ ਹਰ ਪਾਉਣ ਲੱਗ ਜਾਂਦਾ ਸੀਗਾ ਅਤੇ ਇਸ ਤਰ੍ਹਾਂ ਸਾਰੀ ਜ਼ਿੰਦਗੀ ਚਲੀ ਜਾਂਦੀ ਸੀਗੀ। ਅਤੇ ਜਿਹੜੇ ਕਿੱਤੇ ਸੀਗੇ ਉਹ ਵੀ ਘਰੋਂ ਹੀ ਸਿੱਖਦੇ ਸੀਗੇ। ਜ਼ਿਮੀਂਦਾਰ ਦਾ ਮੁੰਡਾ ਜ਼ਿਮੀਂਦਾਰਾ ਸਿੱਖ ਲੈਂਦਾ ਸੀਗਾ, ਸੁਨਿਆਰ ਦਾ ਮੁੰਡਾ ਜਿਹੜਾ ਸੀਗਾ ਉਹ ਟੂਮਾ ਬਣਾਉਣ ਸਿੱਖ ਲੈਂਦਾ ਸੀਗਾ। ਬਾਗੜੀ ਸਾਹਿਬ, ਫਿਰ ਉਹ ਤਾਂ ਐਵੇਂ ਸਿੱਖ ਲੈਂਦੇ ਸੀ, ਤੁਸੀਂ ਲੇਖਣ ਵੱਲ ਕਿਵੇਂ ਆਏ, ਤੁਸੀਂ ਪੜ੍ਹਾਈ ਵੱਲ ਕਿਵੇਂ ਆਏ? ਉਹਦਾ ਬੀਬਾ ਇੱਕ ਹੋਇਆ ਵੀ ਮੇਰਾ ਭਰਾ ਡੰਗਰ ਚਾਰ ਜਿਹੜਾ ਮੇਰੇ ਤੋਂ ਛੋਟਾ ਸੀਗਾ, ਸਾਨੂੰ ਦੋਨਾਂ ਨੂੰ ਪੜ੍ਹਨ ਲਾ ਤਾ, ਉਹਨੂੰ ਤਾਂ ਰੋ ਕੇ ਖਹਿੜਾ ਛੜਾ ਲਿਆ ਪੜ੍ਹਾਈ ਤੋਂ। ਉਹ ਡੰਗਰ ਚਾਰ ਲੱਗ ਗਿਆ, ਮੇਰੀ ਥਾਂ ਹੁਣ ਡੰਗਰਾਂ ਦੀ ਉਹਨੇ ਲੈ ਲਈ ਅਤੇ ਮੈਂ ਇਹਨੂੰ ਫਿਰ ਇੱਕ ਪਹਿਲਾਂ ਪੰਡਿਤਾਂ ਦੇ ਕੋਲ ਪੜ੍ਹਨ ਲਾ ਤਾ, ਫਿਰ ਮੈਨੂੰ ਸਾਧਨ ਦੇ ਡੇਰੇ ਪੜ੍ਹਨ ਲਾ ਤਾ, ਅਤੇ ਸਕੂਲ 'ਚ ਮੈਨੂੰ ਤਾਂ ਨਾ ਲਾਇਆ ਵੀ ਉਹ ਤਾਂ ਅੰਗਰੇਜ਼ਾਂ ਦਾ ਹੈਗਾ, ਨਾਸਤਿਕ ਬਣਾ ਦਿੰਦੇ ਆ, ਅਤੇ ਗੁਰਦੁਆ ਇੱਥੇ ਡੇਰੇ ਲਾਉਣੇ ਆ, ਚਲੋ ਮਹਾਰਾਜ ਤਾਂ ਪੜ੍ਹਨ ਲੱਗ ਜੂਗਾ। ਅਤੇ ਚਲੋ ਮੈਂ ਉੱਥੇ ਫਿਰ ਪੜ੍ਹਾਈ ਸ਼ੁਰੂ ਕੀਤੀ ਅਤੇ ਜ਼ਮੀਨ ਦੇ ਉੱਤੇ ਸਵਾਹ ਵਸਾ ਕੇ ਅਤੇ ਊੜਾ ਆੜਾ ਈੜੀ ਲਿਖਣਾ ਸ਼ੁਰੂ ਕੀਤਾ ਅਤੇ ਕਰਕੇ ਫਿਰ ਉਸ ਤੋਂ ਬਾਅਦ ਮੇਰੇ ਨਾਲ ਦੇ ਜਿਹੜੇ ਬੱਚੇ ਸੀਗੇ ਸਕੂਲ 'ਚ ਜਾਂਦੇ ਸੀਗੇ, ਫਿਰ ਮੈਨੂੰ ਸਕੂਲ ਦੇ ਵਿੱਚ ਪੜ੍ਹਨ ਦੀ ਸਲਾਹ ਕਰ ਲਈ। ਅਤੇ ਮੇਰੇ ਬਾਪੂ ਜੀ ਸਕੂਲ ਦੇ ਵਿੱਚ ਜਦੋਂ ਮੈਨੂੰ ਦਾਖਲ ਕਰਾਉਂਦੇ, ਉਹ ਵੀ ਕਹਾਣੀ ਦਾ ਸੁਣ ਲਓ ਤੁਸੀਂ, ਅਤੇ ਮਾਸਟਰ ਜੀ ਬੈਠੇ ਆ ਅਤੇ ਉਹਨੂੰ ਕਹਿੰਦੇ ਜੀ ਮੁੰਡਾ ਦਾਖਲ ਕਰਾਉਣਾ। ਕਹਿੰਦੇ ਮੁੰਡੇ ਦਾ ਨਾਂ ਕੀ ਆ? ਬਾਪੂ ਜੀ ਅਨਪੜ੍ਹ ਸੀਗੇ, ਕਹਿ ਚੰਦ ਲਿਖ ਲਓ। ਅਤੇ ਉਹ ਮਾਸਟਰ ਜੀ ਚਲੋ ਸਿਆਣੇ ਸੀਗੇ, ਉਹਨਾਂ ਨੇ ਹਰਚੰਦ ਸਿੰਘ ਮੇਰਾ ਨਾਂ ਦੇ ਤਾ ਮੈਨੂੰ, ਅਤੇ ਹੋਰ ਹਰ ਨਾਲ ਲਾ ਤਾ ਚੰਦ ਦੇ, ਹੈ ਨਾ ਜੀ। ਅਤੇ ਉਹ ਫਿਰ ਪੁੱਛਦੇ ਆ ਵੀ ਤੁਸੀਂ ਇਹਦੇ ਕੀ ਲੱਗਦੇ ਹੋ, ਤੁਸੀਂ ਇਹਦੇ ਬਾਪ ਹੀ ਹੋ? ਹਾਂ ਜੀ, ਕਹਿੰਦਾ ਮੈਂ ਬਾਪ ਹੀ ਹਾਂ। ਤੁਹਾਡਾ ਨਾਂ ਕੀ ਆ? ਕਹਿੰਦਾ ਮੇਰਾ ਲਾਲ ਸਿੰਘ ਲਿਖ ਲਓ। ਕਹਿੰਦਾ ਲਾਲ ਸਿੰਘ, ਫਿਰ ਮੁੰਡੇ ਦਾ ਇਹ ਜਨਮ ਤਰੀਕ ਕੀ ਹੈ? ਤਾਂ ਮੈਂ ਇਹਦੇ ਬਾਪੂ ਦੀ ਨਿਗਾਹ ਵੱਲ ਦੇਖਿਆ ਤਾਂ ਉਹ ਥੋੜ੍ਹਾ ਜਿਹਾ ਘਬਰਾ ਗਏ ਅਤੇ ਉਹ ਕਹਿੰਦੇ ਜੀ ਤੁਸੀਂ ਐਂ ਕਰੋ 7 ਸਾਲ ਦਾ ਲਿਖ ਲਓ। ਉਹ ਕਹਿੰਦੇ ਇੱਕ ਨਹੀਂ ਜੀ ਗੱਲ ਚੱਲਣੀ। ਅਤੇ ਫਿਰ ਉਹਨਾਂ ਨੇ ਹਿਸਾਬ ਕਿਤਾਬ ਕੇ ਲਾ ਕੇ ਕਹਿੰਦੇ ਨੇ ਉਹ ਜਦੋਂ ਹੱਲੇ ਗੁੱਲੇ ਹੋਏ ਸੀਗੇ ਉਦੋਂ 2 ਸਾਲ ਦਾ ਸੀ ਅਤੇ ਕਹਿੰਦੇ ਵੀ ਜਿਹੜੀ ਛੱਲੀਆਂ ਸੀ ਉਹ ਚਾਬੂ ਹੋਈਆਂ ਹੋਈਆਂ ਸੀਗੀਆਂ। ਆਹ ਮੇਰੀ ਡੇਟ ਆਫ ਬਰਥ ਸੀ ਉਹਨਾਂ ਨੇ। ਉਹ ਜਿਹੜਾ ਸੀਗਾ ਟੀਚਰ, ਉਹਨੇ ਉਂਗਲਾਂ 'ਤੇ ਕੁਛ ਦੇਖ ਕੇ ਦੇਖਿਆ ਵੀ 47 ਦੇ ਵਿੱਚ ਹੱਲੇ ਗੁੱਲੇ ਹੋਏ ਸੀ, ਪਾਕਿਸਤਾਨ ਬਣਿਆ ਸੀਗਾ ਅਤੇ 47 'ਚ 2 ਸਾਲ ਹੋ ਗਏ 45 ਅਤੇ ਛੱਲੀਆਂ ਚਾਬੂ ਹੁੰਦੀਆਂ ਅਗਸਤ ਦੇ ਵਿੱਚ ਅਤੇ ਉਹਨੇ ਮੈਨੂੰ 28/45 ਮੈਨੂੰ ਡੇਟ ਜਨਮ ਤਰੀਕ ਦੇਤੀ। ਮਤਲਬ ਤੁਹਾਨੂੰ ਇੱਕ ਤਰ੍ਹਾਂ ਨਾਲ ਮਾਸਟਰ ਨੇ ਉਹ ਕੀਤਾ। ਬਸ ਜੀ ਉੱਥੇ ਸਮਝ, ਉੱਥੇ ਸਮਝ ਹੋਇਆ। ਅਤੇ ਉਹਦੇ 'ਚ ਕੀ ਹੈਗਾ ਵੀ ਸਾਲ ਠੀਕ ਆ, ਮਹੀਨਾ ਠੀਕ ਆ ਅਤੇ ਸਿਰਫ ਦਿਨ ਇੱਧਰ ਉੱਧਰ ਹੋ ਸਕਦੇ ਆ, ਤਰੀਕ ਦੀ ਗੜਬੜ। ਹਾਂਜੀ, ਅਤੇ ਇਸ ਤਰ੍ਹਾਂ ਮੈਨੂੰ ਜੀ ਡੇਟ ਆਫ ਬਰਥ ਮਿਲ ਗਈ, ਪੜ੍ਹਨਾ ਸ਼ੁਰੂ ਕਰਤਾ। ਤੇ ਬਾਗੜੀ ਸਾਹਿਬ, ਤੁਹਾਡੀ ਮੁੱਖ ਜਿਹੜੀ ਵਿਧਾ ਹੈ ਉਹ ਕਵਿਤਾ ਹੈ, ਤਾਂ ਤੁਸੀਂ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਜ਼ਮੀਨ ਚੋਂ ਕੋਈ ਚੀਜ਼ ਜਦ ਪੁੱਟਦੀ ਹੈ ਤਾਂ ਪਹਿਲਾਂ ਆਪਾਂ ਨੂੰ ਬੀਜ ਪਾਉਣਾ ਪੈਂਦਾ, ਤਾਂ ਕਵਿਤਾ ਦਾ ਬੀਜ ਤੁਸੀਂ ਕਿਹੜੀ ਉਮਰ ਤੁਹਾਡੇ ਪਿਆ ਅਤੇ ਕਿਸ ਟਾਈਮ ਤੁਸੀਂ ਕਵਿਤਾ ਲਿਖਣੀ ਸ਼ੁਰੂ ਕੀਤੀ? ਬੀਬਾ ਜੀ, ਇਹ ਵੀ ਕਹਾਣੀ ਥੋੜ੍ਹੀ ਜੀ ਦਰਦਨਾਕ ਹੈਗੀ ਆ। ਮੈਂ 10 ਸਾਲ ਦਾ ਸੀਗਾ, ਮਾਤਾ ਜੀ ਡੈਥ ਹੋ ਗਈ। ਉਹ ਜਦੋਂ ਮੈਂ ਮਾਤਾ ਜੀ ਨੂੰ ਇੰਨਾ ਮਿਸ ਕਰਦਾ ਸੀਗਾ ਕਿ ਮੈਨੂੰ ਨਾ
ਕਿ ਮਤਲਬ ਹੋ ਗਿਆ ਮੈਂ ਕਵਿਤਾ ਲਿਖਾਂ। ਤੁਸੀਂ ਵੈਰਾਗੀ ਭਾਵ ਨਾਲ ਕਵਿਤਾ ਲਿਖਾਂ। ਹਾਂ ਮਾਂ ਆ ਜਾ ਮੈਨੂੰ ਦਰਸ ਦਿਖਾ ਜਾ ਮੈਨੂੰ ਗੋਦੀ ਖਿਲਾ ਜਾ ਏਦਾਂ ਕਰ ਲੈਣਾ ਪੜ ਦੇਣਾ ਫਿਰ ਲਿਖਣਾ ਪੜ ਦੇਣਾ ਫਿਰ ਤੇ ਫਿਰ 19 ਸਾਲ ਦੀ ਉਮਰ ਸੀਗੀ ਤੇ ਕਾਪੀ ਲਿਖਤੀ ਤੇ ਫਿਰ ਮੈਨੂੰ ਪਤਾ ਲੱਗਿਆ ਵੀ ਜੇ ਕਵਿਤਾ ਲਿਖਣੀ ਹੋਵੇ ਨਾ ਤਾਂ ਪਿੰਗਲ ਪੜ੍ਹਨਾ ਚਾਹੀਦਾ। ਮੈਂ ਇੱਕ ਦੁਕਾਨ ਤੇ ਆਖਿਆ ਮੈਨੂੰ ਤੇ ਪਤਾ ਸੀ ਕਿ ਪਿੰਗਲ ਕੀ ਹੁੰਦਾ। ਮੈਂ ਤੁਹਾਡੇ ਪਿੰਗਲ ਹੈਗਾ ਉਹਨੂੰ ਚੱਕ ਕੇ ਮੈਨੂੰ ਕਿਤਾਬ ਦੇ ਦਿੱਤੀ। ਮੈਂ ਕਿਹਾ ਪਿੰਗਲ ਕਿਤਾਬ ਹੁੰਦੀ ਹੈ ਉੱਥੇ ਲਿਖਿਆ ਪਿੰਗਲ ਚੱਲ ਮੈਂ ਉਹ ਲੈ ਲਈ ਲੈ ਕੇ ਪੜ੍ਹਨੀ ਸ਼ੁਰੂ ਕਰਤੀ। ਉਹਦੇ 'ਚ ਦੱਸਿਆ ਵੀ ਕਵਿਤਾ ਦੀ ਵਿਧਾ ਕੀ ਹੁੰਦੀ ਹੈ ਉਹਦੀ ਕਿਵੇਂ ਸ਼ੁਰੂ ਹੁੰਦੀ ਹੈ ਉਹਦੇ ਕਿੰਨੀਆਂ ਆਪਣੇ ਉਹਦਾ ਮੇਸ਼ ਤੌਰ ਕੀ ਹੈ ਉਹ ਮੈਂ ਪੜ੍ਹ ਲਿਆ। ਪੜ੍ਹ ਕੇ ਹੌਲੀ ਹੌਲੀ ਮੈਨੂੰ ਕਵਿਤਾ ਜਿਹੜੀ ਸੀਗੀ ਲਿਖਣੀ ਆ ਗਈ। ਜਦ ਮੈਂ ਕਵਿਤਾ ਲਿਖਦਾ ਗਿਆ ਰੱਖੀ ਗਿਆ ਇੱਥੇ ਲਿਖਦੇ ਲਿਖਦੇ ਨੂੰ ਫਿਰ ਜਦੋਂ 19 ਸਾਲ ਦੀ ਉਮਰ 'ਚ ਮੈਂ ਕਾਲਜ 'ਚ ਪੜ੍ਹਦਾ ਸੀ। ਉਹ ਕਾਲਜ ਬਾਰੇ ਵੀ ਤੁਸੀਂ ਦੱਸੋ ਕਿਹੜੇ ਕਾਲਜ 'ਚ ਪੜ੍ਹਦੇ ਸੀ? ਮੈਂ ਕਾਲਜ ਇੱਕ ਨਾ ਜੀ ਜਦੋਂ ਮੈਂ 8ਵੀਂ ਕੀਤੀ ਆ ਉਹ ਸਾਡੇ ਪਿੰਡ ਦੇ ਇੱਕ ਮੀਲਕ ਤੇ ਹੈਗਾ ਪਿੰਡ ਮੁਬਾਰਕਪੁਰ ਚੂੰਘਾ ਤੇ ਮਨਮੋਹਨ ਦੇਵਕ ਦਾ ਪਿੰਡ ਆ ਉਹ ਤੇ ਉਹ ਮਨਮੋਹਨ ਦੇਵਕ ਵੀ ਮੇਰੇ ਨਾਲ ਪੜ੍ਹਦਾ ਹੁੰਦਾ ਸੀਗਾ। ਉਹ ਮੈਂ ਉਸ ਸਕੂਲ ਦੇ ਵਿੱਚ 8ਵੀਂ ਕੀਤੀ ਤੇ 10ਵੀਂ ਸਾਨੂੰ ਆ ਗਈ ਮਲੇਰਕੋਟਲੇ ਕਰਨੀ ਪਈ। ਕੋਈ ਸੜਕ ਨਹੀਂ ਕੋਈ ਨਹਿਰ ਦੀ ਪਟੜੀ ਨਹੀਂ ਕੋਈ ਰੇਲਵੇ ਨਹੀਂ ਟਿੱਬੇ ਸਾਈਕਲਾਂ ਦੇ ਉੱਤੇ ਅਸੀਂ ਜਦੋਂ ਟਿੱਬੇ ਆ ਜਾਣੇ ਸਾਈਕਲ ਖਿੱਚਣੇ ਪੈਂਦੇ ਜਿੱਥੇ ਠੀਕ ਹੈ ਜਾਣਾ ਚੜ੍ਹ ਜਾਣਾ ਅਤੇ ਮਲੇਰਕੋਟਲੇ ਅਸੀਂ ਪਾਉਣਾ। ਮੀਂਹ ਹਨੇਰੀ ਧੁੱਪ ਗੜੇ ਉਹ ਸਾਰੇ ਸਾਡੇ 'ਤੇ ਪੈਂਦੇ ਸੀ। ਸਾਈਕਲਾਂ ਦੇ ਵਿੱਚ ਗਾਰਾ ਫਸ ਜਾਂਦਾ ਸੀ ਉਂਗਲੀਆਂ ਨਾਲ ਕੱਢਦੇ ਸੀਗੇ ਅਤੇ ਉੱਥੋਂ ਮੈਂ 8ਵੀਂ ਕੀਤੀ ਫਿਰ 10ਵੀਂ ਮੈਂ ਮਲੇਰਕੋਟਲੇ ਹਾਈ ਸਕੂਲ 'ਚ ਕੀਤੀ। ਹਾਈ ਸਕੂਲ ਕਰਨ ਤੋਂ ਬਾਅਦ ਮਲੇਰਕੋਟਲੇ ਕਾਲਜ ਦੇ ਵਿੱਚ ਮੈਂ ਦਾਖਲਾ ਲੈ ਲਿਆ। ਉੱਥੇ ਮੈਂ ਹਾਕੀ ਖੇਡਣੀ ਸ਼ੁਰੂ ਕੀਤੀ। 2 ਸਾਲਾਂ ਵਿੱਚ ਮੈਂ ਹਾਕੀ ਦਾ ਕੈਪਟਨ ਬਣ ਗਿਆ ਅਤੇ ਮੈਂ ਇੱਦਾਂ ਪੜ੍ਹਦਾ 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 ਜਦੋਂ ਮੈਂ 14ਵੀਂ 'ਚ ਆਇਆ ਤਾਂ ਬਾਪੂ ਦੀ ਡੈਥ ਅਤੇ ਮੇਰੇ ਭਰਾਵਾਂ ਕਹਿੰਦੇ ਤੂੰ ਪੜ੍ਹੀ ਕੋਈ ਨਹੀਂ ਪੜ੍ਹੀ ਚੱਲ ਤੂੰ ਕੰਟੀਨਿਊ ਰੱਖ ਅਤੇ ਮੈਂ ਜਿਹੜਾ ਜਦੋਂ ਭਰਾ ਤੋਂ ਪੈਸੇ ਮੰਗਦਾ ਸੀ ਅਤੇ ਮੈਨੂੰ ਲੱਗਦਾ ਸੀ ਮੈਂ ਖਰਾਤ ਲੈ ਰਿਹਾ ਇਹ ਮੈਂ ਮੋੜ ਸਕੂੰਗਾ ਇਹ ਕਿਤੇ ਮੇਰਾ ਭਰਾ ਕਿਤੇ ਮੈਨੂੰ ਕਿਤੇ ਮਿਹਨਤ ਨਹੀਂ ਦੇ ਦੂੰਗਾ ਅਤੇ ਮੈਂ ਸੋਚਿਆ ਵੀ ਅੱਜ ਪੈਰ 'ਤੇ ਖੜਾ ਹਾਂ। ਇੰਨਾ ਚਿਰ 'ਚ ਮੇਰਾ ਇੱਕ ਦੋਸਤ ਸੀਗਾ ਜਿਹਦੇ ਕੋਲ ਮੈਂ ਫਾਰਮ ਹਾਊਸ 'ਚ ਰਹਿੰਦਾ ਸੀ ਉਹਦੀ ਤਾਏ ਦੀ ਕੁੜੀ ਕੈਨੇਡਾ ਸੀਗੀ ਤੇਰੇ ਦਿਲ ਦੇ ਚਾਅ ਅਜੇ ਤਾਂ ਮੈਂ ਲੱਭਣ ਤੁਰਨਾ ਕੁੱਲੀ ਗੁੱਲੀ ਜੁੱਲੀ ਪਤਾ ਨਹੀਂ ਇਹ ਕਿਸਮਤ ਮੇਰੀ ਕਿੱਥੇ ਧਰ ਕੇ ਫੁੱਲੀ ਨਿੱਕੇ ਨਿੱਕੇ ਪੈਰ ਆ ਸਾਡੇ ਤੇ ਉਮਰੋਂ ਲੰਬੇ ਰਾਹ ਅਜੇ ਨਾ ਦਰ ਖੜਕਾ ਨਹੀਂ ਅੜੀਏ ਅਜੇ ਨਾ ਦਰ ਖੜਕਾ ਅਜੇ ਤਾਂ ਸਾਡੇ ਬਾਗੀ ਹਨਗੇ ਔੜਾਂ ਦੇ ਛਾਏ ਪਤਾ ਨਹੀਂ ਇਹ ਉਦੋਂ ਤੱਕ ਸਮਾਂ ਇਹ ਤਾਂ ਕਵਿਤਾ ਹੈਗੀ ਆ ਵੀ ਉਹ ਇਹ ਕਹਿ ਕੇ ਮੈਂ ਨਾ ਇਹ ਫਿਰ ਜਿਹੜੀ ਕਵਿਤਾ ਠੱਪਤੀ ਸੀਗੀ ਉੱਥੋਂ ਦੀ ਠੱਪੀ ਕਵਿਤਾ ਫਿਰ ਮੈਂ ਮੈਨੂੰ ਪਤਾ ਲੱਗਿਆ ਵੀ ਜੇ ਕੈਨੇਡਾ ਜਾਣਾ ਹੋਵੇ ਤਾਂ ਕੋਈ ਹੁਨਰ ਚਾਹੀਦਾ ਹੁਨਰ ਸਿੱਖਣ ਲਈ ਫਿਰ ਮੈਂ ਬੁਢਲਾਡੇ ਜਾ ਕੇ ITI ਦਾ ਮਸ਼ੀਨਿਸਟ ਦਾ ਕੋਰਸ ਕੀਤਾ। ਮਸ਼ੀਨਾਂ ਸਿਰਫ ਕੋਰਸ ਹੀ ਨਹੀਂ ਕੀਤਾ ਚਲਾਉਣੀਆਂ ਸਿੱਖੀਆਂ ਕੱਪੜੇ ਕਾਲੇ ਕੀਤੇ ਹੱਥ ਕਾਲੇ ਕੀਤੇ ਅਤੇ ਕਰਕੇ ਫਿਰ ਮੈਂ ਆਪਦੀ ਭੈਣ ਨੂੰ ਦੋਸਤ ਦੀ ਭੈਣ ਨੂੰ ਕਿਹਾ ਵੀ ਮੈਂ ਹੁਣ ਹੁਨਰ ਮੇਰੇ ਕੋਲ ਆ ਗਿਆ। ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਸੀਗਾ ਕੈਨੇਡਾ ਨੇ ਇੱਕ ਕਾਨੂੰਨ ਬਣਾਇਆ ਸੀਗਾ ਵੀ ਜੇ ਬੰਦਾ ਕੋਈ ਕੈਨੇਡਾ ਸੈਰ ਕਰਨ ਲਈ ਆਉਂਦਾ ਉਹਨਾਂ ਨੂੰ ਬੰਦੇ ਦੀ ਲੋੜ ਸੀਗੀ ਹੁਣ ਵੀ ਲੋੜ ਰਹਿੰਦੀ ਹੈ ਕਹਿੰਦੇ ਉਹ ਆ ਕੇ ਅਪਲਾਈ ਕਰ ਸਕਦਾ ਜੇ ਉਹਦਾ ਨੰਬਰ ਬਣ ਜਾਣ ਉਹ ਪੱਕਾ ਹੋ ਸਕਦਾ। ਉਹਨਾਂ ਦਿਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਨਹੀਂ ਸੀ ਹੁੰਦਾ ਟਿਕਟ ਲਵੋ ਜਹਾਜ਼ ਬੈਠੋ ਸਿੱਧਾ ਕੈਨੇਡਾ ਅਤੇ ਇੱਕ ਨਹੀਂ ਮੈਂ ਕੀਤਾ ਉਹ ਤਾਈ ਜੀ ਸਾਡੇ ਜਿਹੜੇ ਸੀਗੇ ਉਹਨਾਂ ਦੀ ਲੜਕੀ ਉੱਥੇ ਸੀਗੀ ਅਤੇ ਉਹ ਵਿਚਾਰੀ ਸੀਗੀ ਬਜ਼ੁਰਗ ਉਹ ਕਹਿੰਦੀ ਬੇਹਰਚੰਦ ਵੀ ਤੂੰ ਮੈਨੂੰ ਕੈਨੇਡਾ ਛੱਡਿਆ ਮੈਂ ਤਾਂ ਰਾਹ 'ਚ ਹੀ ਰਹਿ ਜੂੰਗੀ। ਉਹਨੂੰ ਵੀਜ਼ਾ ਮਿਲ ਗਿਆ ਸੀਗਾ ਪਾਪਾ ਵੀ ਤਿਆਰੀ ਕਰ ਲਈ ਟਿਕਟ ਲਿਆ ਉਹਨਾਂ ਨੂੰ ਨਾਲ ਲਿਆ ਅਤੇ ਦਿੱਲੀ 'ਤੇ ਜਾ ਕੇ ਜੰਮੂ ਬਹਿ ਗਏ। ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈਗੀ ਆ ਮੇਰੀ ਜੀਵਨ ਕਥਾ ਦੀ ਸਵੈ ਜੀਵਨੀ ਦੀ ਇਹਦੇ ਵਿੱਚ ਮੈਂ ਇਹੀ ਦੱਸਿਆ ਹੈਗਾ ਵੀ ਬੰਦਾ ਜਦੋਂ ਇੱਕ ਪਿੰਡ 'ਚੋਂ ਉੱਠਿਆ ਬੰਦਾ
ਜੋ ਜਹਾਜ਼ ਜਾ ਕੇ ਕਹਿੰਦਾ ਜਹਾਜ਼ ਤਾਂ ਆਪਾਂ ਅਸਮਾਨ 'ਚ ਦੇ ਜਾਂਦੇ ਜੀ ਗਿੱਠ ਕਿਹੜਾ ਲਾ ਲੈਂਦਾ ਸੀਗਾ, ਜੋ ਜਾ ਕੇ ਜਹਾਜ਼ ਦੇ ਵਿੱਚ ਵੇਖਿਆ ਉਹ ਤੱਕ ਲੰਬਾ, ਉਹ ਤਾਂ 5 ਪਥਾਂ ਜਿਵੇਂ ਜੁੜੀਆਂ ਹੋਣ ਏਡਾ ਵੱਡਾ, ਉਹ ਵੀ ਸਾਰਾ ਉਹਦੇ ਦੱਸਿਆ ਵੀ ਕਿਵੇਂ ਬੈਠੀ ਦਾ ਅਤੇ ਕਿਵੇਂ ਤੁਹਾਨੂੰ ਲੱਗਦਾ, ਕਿਵੇਂ ਉਹਦੇ ਵਿੱਚ ਫਿਰ ਜਿਹੜੀਆਂ ਕੁੜੀਆਂ ਉੱਥੇ ਮੁੰਡੇ ਹੁੰਦੇ ਆ ਉਹ ਰੋਟੀ ਪਾਣੀ ਦਿੰਦੇ ਆ, ਕਿਵੇਂ ਜਹਾਜ਼ ਚੜ੍ਹਦਾ ਕੰਨਾਂ 'ਚ, ਕਿਵੇਂ ਤੁਹਾਡੇ ਗੋਲੇ ਹੋ ਜਾਂਦੇ ਹੈਗੇ ਆ, ਉਹ ਸਾਰਾ ਮੈਂ ਤੁਸੀਂ ਆਪਣੀ ਜੀਵਨੀ ਦੇ ਵਿੱਚ ਵਿਸਥਾਰ ਨਾਲ ਲਿਖਿਆ। ਹਾਂ, ਉਹ ਮੇਰੇ ਆਦਤ ਹੀ ਛੋਟੇ ਹੁੰਦੇ ਤੋਂ ਮੈਂ ਉਹਦੀ ਡੈਰੀ ਲਿਖਦਾ ਸੀ, ਕਿੰਨੇ ਵਜੇ ਉੱਠੇ, ਕੀ ਕੀਤਾ, ਕਿੱਥੇ ਕਿੱਥੇ ਰਹੇ, ਮੌਸਮ ਕਿਹੋ ਜਿਹਾ ਸੀਗਾ, ਕਿਹਨੂੰ ਮਿਲੇ, ਕਿੱਥੇ ਕਿਵੇਂ ਕਿਵੇਂ ਹੋਇਆ। ਮਤਲਬ ਤੁਹਾਡੇ ਕੋਲ ਡਾਕੂਮੈਂਟੇਸ਼ਨ ਤਾਂ ਪਹਿਲਾਂ ਤੋਂ ਹੀ ਹੋਈ ਹੋਈ ਸੀ, ਬਸ ਤੁਸੀਂ ਉਹਨੂੰ ਕਿਤਾਬ ਦਾ ਰੂਪ ਦਿੱਤਾ। ਕਿਤਾਬ ਦਾ ਰੂਪ ਦੇਣਾ ਸੀਗਾ ਤੇ ਕਿਤਾਬ ਦਾ ਰੂਪ ਵੀ ਤੁਸੀਂ ਉਹਦੇ ਦੇ ਸਕਦੇ ਹੋ ਜੇ ਤੁਸੀਂ ਕੁਛ ਕੀਤਾ ਹੈਗਾ। ਜੇ ਹੁਣ ਤੁਸੀਂ ਮੈਂ ਕੀਤਾ ਤਾਂ ਕੁਛ ਨਹੀਂ ਤੇ ਮੈਂ ਜੀਵਨੀ ਲਿਖਣੀ ਸ਼ੁਰੂ ਕਰਦਾ ਵਾਂ, ਉਹ ਮੈਂ ਜੀ ਉੱਥੇ ਕੁੱਦੋ ਕੁੰਡੀ ਖੇਡਦਾ ਸੀਗਾ ਤੇ ਫਿਰ ਮੈਂ ਪੜ੍ਹਨ ਲੱਗ ਗਿਆ, ਫਿਰ ਉਹ 10 ਸਾਲ ਰੋਜ਼ ਸਕੂਲ 'ਚ ਪੜ੍ਹਾਇਆ, 15 ਰੋਜ਼ ਪੜਾਇਆ। ਹਾਂਜੀ, ਤੁਸੀਂ 26 ਸਾਲ ਇੰਡੀਆ ਰਹੇ, ਫਿਰ ਉਦੋਂ ਬਾਅਦ ਤੁਸੀਂ 35 ਸਾਲ ਕੈਨੇਡਾ ਜਾ ਕੇ ਸਟਰਗਲ ਕੀਤੀ, 45 ਸਾਲ ਤੁਸੀਂ ਜਾ ਕੇ ਕੈਨੇਡਾ ਸਟਰਗਲ ਕੀਤੀ। ਤੇ ਕੈਨੇਡਾ ਜਾ ਕੇ ਤਾਂ ਮੈਂ ਸੁਣਿਆ ਕਿ ਬਹੁਤ ਕੰਮ ਕਰਨਾ ਪੈਂਦਾ, ਬੰਦੇ ਕੋਲ ਟਾਈਮ ਨਹੀਂ ਹੁੰਦਾ, ਤਾਂ ਤੁਸੀਂ ਉਸ ਟਾਈਮ ਕਵਿਤਾ ਕਿਵੇਂ ਲਿਖਣੀ ਸ਼ੁਰੂ ਕੀਤੀ? ਦੇਖੋ, ਜਿਹੜੀ ਕਵਿਤਾ ਹੈਗੀ ਆ ਨਾ, ਉਹ ਤਾਂ ਇੱਕ ਬੋਰਡ ਆ, ਤੇ ਬੋਰਡ ਤਾਂ ਨਾ ਜਿਹੜਾ ਹੈਗਾ ਉਹ ਜਿੱਥੇ ਇੱਟਾਂ ਚਿਣੇ ਹੁੰਦੇ ਖੂਹਾਂ ਦੇ ਵਿੱਚੋਂ ਹੀ ਖੜਾ ਹੋ ਜਾਂਦਾ। ਮਤਲਬ ਕਵਿਤਾ ਤੁਹਾਨੂੰ ਫੁੱਟ ਪਈ? ਫੁੱਟਦੀ ਆ, ਇਹ ਆਪ ਹੀ ਸਮਾਂ ਕੱਢ ਲੈਂਦੀ ਹੈ। ਅਤੇ ਕਵਿਤਾ ਲਿਖਣ ਵਾਸਤੇ ਇਹ ਨਹੀਂ ਕਹਿੰਦਾ ਵੀ ਕਵਿਤਾ ਆ ਜਾ, ਤਾਂ ਆਪ ਹੀ ਆਉਂਦੀ ਹੈਗੀ ਆ, ਲਿਖ ਮੈਨੂੰ ਅੱਧੀ ਰਾਤ ਤੋਂ, ਉਹ ਤਾਂ ਕੀ ਪਤਾ ਕਦੋਂ ਆ ਜਾ। ਤੇ ਤੁਹਾਡੀ ਉਹ ਥਾਪੀ ਹੋਈ ਕਵਿਤਾ ਫੇਰ ਦੁਬਾਰਾ ਕਦੋਂ ਘੁੰਮੇਗੀ? ਹਾਂ, ਇਹ ਵੀ ਜਿਵੇਂ ਨਾ ਕਵਿਤਾ ਮੈਂ ਲਿਖ ਲਈ ਅਤੇ ਅਜਿਹਾ ਦਰ ਖੜਕਾ ਕੇ ਮੈਂ ਥੰਮਤੀ, ਅਤੇ ਫਿਰ ਮੈਂ ਕੈਨੇਡਾ ਚਲਾ ਗਿਆ। ਕੈਨੇਡਾ ਜਾ ਕੇ 84 ਦੇ ਵਿੱਚ ਜਦੋਂ ਫਿਰ ਘਰੋਂ ਘਰ ਆ ਹੋਇਆ, ਦੁੱਖ ਤਾਂ ਇੱਥੇ ਪੰਜਾਬੀ ਨੂੰ ਇੱਥੇ ਬੈਠੇ ਨੂੰ ਬਹੁਤ ਹੋਇਆ, ਪਰ ਅਸੀਂ ਉੱਥੇ ਅੱਖੀਂ ਦੇਖਦੇ ਸੀ ਟੈਲੀਵਿਜ਼ਨ 'ਤੇ ਕਿਵੇਂ ਢਾਹ ਢੇਰੀ ਹੋਇਆ, ਅਤੇ ਉਦੋਂ ਮੈਨੂੰ ਬੜਾ ਦੁੱਖ ਹੋਇਆ, ਮੈਂ ਬੜਾ ਰੋਇਆ। ਸਿਰ ਦੇ ਉੱਤੇ ਉਸ ਟਾਈਮ ਮੈਂ ਵੈਲਡ ਕਰਦਾ ਹੁੰਦਾ ਸੀਗਾ, ਵੈਲਡ ਕਰੀ ਜਾਣਾ ਅਤੇ ਰੋਈਦਾ। ਅਤੇ ਜਿਹੜੀ ਉਹ 20 ਸਾਲ ਪਹਿਲਾਂ ਕਲਮ ਰੱਖਤੀ ਸੀਗੀ, ਫਿਰ ਚੱਲ ਫਿਰ ਹੜ ਜਿਹੜਾ ਸੀਗਾ ਕਵਿਤਾ ਦਾ ਅੰਦਰੋਂ ਨਿਕਲਿਆ, ਕਿਹੜੀਆਂ ਕਿੰਨੀਆਂ ਬਧੀਕੀਆਂ ਕੈਨੇਡਾ 'ਚ ਹੋਈਆਂ ਉਹ ਲਿਖੀਆਂ, ਅਤੇ ਕੀ ਕੁਛ ਇੱਧਰ ਹੋਇਆ ਉਹ ਲਿਖਿਆ, ਅਤੇ ਵਿਸ਼ੇ ਮੈਨੂੰ ਆਈ ਗਏ, ਕਵਿਤਾ ਖੁੱਲ੍ਹ ਗਈ। ਮੈਂ ਲਿਖ ਲਿਖ ਕੇ ਪਰਮਿੰਦਰ ਨੂੰ, ਮੇਰੀ ਵਾਈਫ ਨੂੰ ਸੁਣਾਉਣਾ ਵੀ ਕਵਿਤਾ ਲਿਖੀ ਆ, ਅਤੇ ਇਹਨੇ ਕਵਿਤਾ ਪੜ੍ਹਨੀ, ਇਹਨੇ ਕਹਿਣਾ ਇਹਦੇ 'ਚ ਠੀਕ ਆ, ਕੁਛ ਕਹਿੰਦੀ ਆ, ਜਿਹੜੀ ਕਹਿੰਦੀ ਨਹੀਂ ਕਹਿੰਦੀ ਸੀ ਉਹਨੇ ਕਹਿਣਾ ਵੀ ਇਹੋ ਜਿਹੇ ਤਾਂ ਸਾਰੇ ਲਿਖੀ ਜਾਂਦੇ। ਹਾਂਜੀ, ਉਹ ਗੱਲ ਇਹ ਹੈ ਕਿ ਲੇਖਕ ਕੋਲੇ ਐਕਸਪੀਰੀਅੰਸ ਹੁੰਦਾ ਜੋ ਉਹ ਬਾਕੀਆਂ ਤੱਕ ਪਹੁੰਚਾ ਸਕੇ। ਤੁਹਾਡੇ ਕੋਲ ਕਿਉਂਕਿ ਐਕਸਪੀਰੀਅੰਸ ਬਹੁਤ ਵਿਸ਼ਾਲ ਸੀ, ਇਸ ਕਰਕੇ ਤੁਹਾਡੀ ਕਵਿਤਾ ਦੀਆਂ ਵਿਧਾਵਾਂ ਵੀ, ਜਿਵੇਂ ਆਪਾਂ ਹੁਣੀ ਗੱਲ ਕੀਤੀ ਹੈ, ਕਿੰਨੀਆਂ ਡਿਫਰੈਂਟ ਡਿਫਰੈਂਟ ਤਰੀਕੇ ਦੇ ਵਰਸਟਾਈਲ ਰਾਈਟਰ ਨੇ, ਤਾਂ ਤੁਸੀਂ ਇੰਨੀਆਂ ਡਿਫਰੈਂਟ ਕਵਿਤਾਵਾਂ ਲਿਖੀਆਂ, ਵਿੱਚ ਵਿੱਚ ਦੀ ਤੁਹਾਡੀ ਹਾਸ ਰਸ ਵਾਲੀਆਂ ਕਵਿਤਾਵਾਂ ਵੀ ਬਹੁਤ ਪਸੰਦ ਕੀਤੀਆਂ ਜਾਂਦੀਆਂ। ਮੈਂ ਨਾ ਫਿਰ ਸੋਚਿਆ ਸੀਗਾ ਵੀ ਕਵਿਤਾ ਜਿਹੜੀ ਹੈਗੀ ਆ ਅੱਜ ਕੱਲ੍ਹ ਖੁਸ਼ਕ ਜੀ ਹੋ ਗਈ, ਇੱਕ ਤਾਂ ਸੰਦਾਬੰਦੀ ਤੋਂ ਰਹਿਤ ਕਰਤੀ, ਉਹਦੇ 'ਚ ਕਵਿਤਾ ਦੀ ਜਿਹੜੀ ਸੌਪਣ ਸੀ ਉਹ ਜਾਂਦਾ ਲੱਗਿਆ, ਅਤੇ ਦੂਜੀ ਗੱਲ ਉਹਦੇ 'ਚ ਰੁੱਖ ਬਣਾ ਗਿਆ। ਅਤੇ ਮੈਂ ਫਿਰ ਸੋਚਿਆ ਵੀ ਕਵਿਤਾ ਨਾ ਵਿੱਚ ਇਹਦੇ ਵਿੱਚ ਹਾਸਰਸ ਥੋੜ੍ਹਾ ਚਾਹੀਦਾ, ਅਤੇ ਹਾਸਰਸ ਵਿੱਚ ਪਾਉਣ ਦੀ ਖਾਤਰ ਫਿਰ ਮੈਂ ਨਾ ਜਿਹੜੀ ਕਵਿਤਾ ਸੀਗੀ ਉਹਦੇ ਹਾਸਰਸ ਪਾਇਆ, ਜਿਹੜੀ ਗੱਲ ਸੀਗੀ ਦੁੱਖ ਵਾਲੀ ਵੀ ਹੈਗੀ ਆ। ਤੁਸੀਂ ਕੋਈ ਐਗਜ਼ਾਮਪਲ ਦਿਓ ਜਿਹੜਾ ਤੁਸੀਂ ਕਿਸੇ ਦੇ ਦੁੱਖ ਨੂੰ ਇੱਕ ਐਂਡ ਦੇ ਵਿੱਚ ਇੱਕ ਲਾਈਨ ਪਾ ਕੇ ਜਿਹੜਾ ਉਹਨੂੰ ਹਾਸੋ ਬੀਨਾ ਬਣਾ ਦਿੰਦੇ ਹੋ ਨਾ, ਉਹ ਬੜਾ ਰਸ ਆਉਂਦਾ, ਤੁਸੀਂ ਉਹਦਾ ਕੋਈ ਕੋਈ ਇੱਕ ਦੋ ਲਾਈਨ? ਉਹਦਾ ਹੈਗਾ ਵੀ ਜਿਵੇਂ ਹੁਣ ਆਪਾਂ ਮਿੱਠਾ ਬੋਲਣ ਦੀ ਗੱਲ ਕਰਦੇ ਹਾਂ, ਮਿੱਠਾ ਬੋਲਣਾ ਬੜਾ ਫਾਇਦੇਮੰਦ ਆ ਪਰ ਬੋਲ ਨਹੀਂ ਹੁੰਦਾ। ਹੁਣ ਵੀ ਮੈਂ 4 ਲਾਈਨਾਂ ਲਿਖੀਆਂ, ਕਹਿੰਦਾ ਗੰਦਲਾਂ ਦੀ ਰਾਖੀ ਭੇਜਿਆ ਸਾਨੂੰ ਸੋਟੀ ਫੜਾ, ਕਿਆ ਕਰਤਾ ਸੋਟੀ ਫੜਾ ਕੇ, ਵੀ ਕੁਛ ਸਾਗ ਵਾਲੇ ਸਾਗ ਨਾ ਲੈ ਜਾਈਏ ਨਾ, ਗੰਦਲਾਂ ਦੀ ਰਾਖੀ ਭੇਜਿਆ ਸਾਨੂੰ ਸੋਟੀ ਫੜਾ ਕੇ, ਖੇਤਾਂ ਦੇ ਬੰਨੇ ਖੜ ਗਏ ਅਸੀਂ ਪਹਿਰਾ ਚੜਾ ਕੇ, ਐਸ ਕਦਰ ਮਿੱਠਾ ਬੋਲੇ ਮਿੱਠੀ ਜ਼ੁਬਾਨ ਵਾਲੇ, ਉਹ ਗੰਦਲਾਂ ਵੀ ਲੈ ਗਏ ਵੀ ਸਭ ਤੋਂ ਫੜਾ ਕੇ। ਇਸ ਤਰ੍ਹਾਂ ਮਿੱਠਾ ਬੋਲਣ 'ਤੇ ਹੈਗਾ, ਅਤੇ ਉਸ ਤੋਂ ਬਾਅਦ ਜਿਹੜਾ ਆਪਣੇ
ਕਹਿਣੀ ਤੇ ਕਰਨੀ ਤੇ ਬਾਗੜੀ ਸਾਹਿਬ ਤੁਸੀਂ ਦੱਸਿਆ ਕਿ 84 ਚ ਤੁਹਾਨੂੰ ਬਹੁਤ ਧੱਕਾ ਲੱਗਿਆ ਹੁਣ ਅੰਮ੍ਰਿਤਾ ਪ੍ਰੀਤਮ ਨੇ ਉਦੋਂ ਪਿਛਲੇ ਪੰਜਾਬ ਦੇ ਦੁਖਾਂਤ ਬਾਰੇ ਹਾ ਦਾ ਨਾਰਾ ਲਾਇਆ ਸੀ ਕਿ ਉਸ ਕਵਿਤਾ ਵਰਗੀ ਕੋਈ ਕਵਿਤਾ ਤੁਹਾਡੀ ਹੈ ਜਿਸ ਦੇ ਨਾਲ ਕਿ ਤੁਸੀਂ ਆਪਣਾ ਦੁੱਖ ਪ੍ਰਗਟ ਕੀਤਾ ਹੋਵੇ ਉਹ ਪਲੀਜ਼ ਸਾਨੂੰ ਸੁਣਾਓ ਕਹਿੰਦਾ ਜੀ ਜਤੋਂ ਜਿਹੜਾ ਲਿਖਾਰੀ ਹੁੰਦਾ ਹੈਗਾ ਹਾਂਜੀ ਚਾਹੇ ਉਹ ਵਾਰਤਕ ਦਾ ਹੈ ਚਾਹੇ ਕਵੀ ਹੈਗਾ ਉਹ ਇੱਕ ਪਹਿਰੇਦਾਰ ਹੁੰਦਾ ਹੈਗਾ ਆਪਦੇ ਸਮੇਂ ਦਾ ਉਸ ਸਮੇਂ ਦੇ ਵਿੱਚ ਕੀ ਘਟਨਾਵਾਂ ਹੋਈਆਂ ਤੇ ਕੀ ਕੀ ਚੰਗਾ ਤੇ ਮਾੜਾ ਹੋਇਆ ਉਹਨੇ ਇਹਦੇ ਰਚਨਾਵਾਂ 'ਚ ਲਿਖ ਕੇ ਗਾਹ ਉਹਨੇ ਇਤਿਹਾਸ ਬਣਾਉਣਾ ਹੁੰਦਾ ਅਤੇ ਜਦੋਂ ਕੋਈ ਮਾੜੀ ਗੱਲ ਹੁੰਦੀ ਹੈਗੀ ਆ ਤਾਂ ਕਲਮ ਜਿਹੜੀ ਹੈਗੀ ਹਾ ਦਾ ਨਰਾ ਮਾਰਦੀ ਹੈਗੀ ਹੁਣ 1947 ਦੇ ਵਿੱਚ ਜੋ ਦੇਸ਼ ਆਜ਼ਾਦ ਹੋਇਆ ਕਿੰਨੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ ਅਤੇ ਉਹਦਾ ਹਾ ਦਾ ਨਾਰਾ ਅੰਮ੍ਰਿਤਾ ਪ੍ਰੀਤਮ ਜੀ ਨੇ ਮਾਰਿਆ ਸੀ ਅੱਜ ਅੱਖਾਂ ਬਾਰਿਸ਼ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਫਿਰ ਉਹਦੇ ਬਾਅਦ 84 ਦਾ ਆਇਆ ਤੇ ਫਿਰ ਉਹਨਾਂ ਦੀ ਕਲਮ ਨੇ ਕੁਛ ਨਹੀਂ ਕਿਹਾ ਜਦੋਂ ਲਿਖਾਰੀ ਆਪਦੇ ਮਕਸਦ ਲਈ ਚੁੱਪ ਕਰ ਜਾਂਦਾ ਤੇ ਉਹ ਫਿਰ ਬੜਾ ਦੁੱਖ ਹੁੰਦਾ ਕਿ ਜੇ ਤੁਹਾਡਾ ਹੁਕਮ ਮੈਂ ਉਹ ਕਵਿਤਾ ਸੁਣਾ ਸਾਂਝੀ ਕਰਾਂ ਕਵਿਤਾ ਜੀ ਬਾਰਿਸ਼ ਸ਼ਾਹ ਜੀ ਬੋਲਦੇ ਅੰਮ੍ਰਿਤਾ ਪ੍ਰੀਤਮ ਜੀ ਚਲੇ ਜਾਂਦੇ ਹੈਗੇ ਆ ਤੇ ਬਾਰਿਸ਼ ਸ਼ਾਹ ਜੀ ਉਹਨੂੰ ਕੀ ਕਹਿੰਦੇ ਹੈਗੇ ਆ ਬਾਰਿਸ਼ ਸ਼ਾਹ ਜੀ ਬੋਲਦੇ ਅੰਮ੍ਰਿਤਾ ਮੇਰੇ ਕੋਲ ਤੇਰੇ ਨਾਲ ਬੱਚੀ ਕੋ ਸਾਂਝੇ ਕਰਨੇ ਸਨ 47 ਹਿੰਦ ਸੀ ਹੋਇਆ ਜਦੋਂ ਆਜ਼ਾਦ ਪਾਠਕ ਪਾ ਕੇ ਲੀਡਰ ਲੋਕ ਕਰੇ ਤਾਂ ਸਿਆਸਤਦਾਨਾਂ ਉਸ ਸਮੇਂ ਖੇਲੀ ਪੁੱਠੀ ਚਾਲ ਮੁਸਲਮਾਨ ਲੜਾ ਦਿੱਤੇ ਉਹਨਾਂ ਸਿੱਖਾਂ ਥਾਂ ਥਾਂ ਅੱਗਾਂ ਲਾਈ ਥਾਂ ਥਾਂ ਅੱਗਾਂ ਲਾਈਆਂ ਪਾ ਧਰਮਾਂ ਦਾ ਤੇਲ ਪਲਵੇ ਸੂਲੀ ਟੰਗਿਆ ਸੀ ਸਦੀਆਂ ਦਾ ਵੇਲ ਪੰਜੇ ਪਾਣੀ ਪੰਜਾਬ ਦੇ ਹੋਏ ਲਾਲੋ ਲਾਲ ਪੰਜੇ ਪਾਣੀ ਪੰਜਾਬ ਦੇ ਹੋਏ ਲਾਲੋ ਲਾਲ ਤੈਂ ਮੈਨੂੰ ਵਾਜਾਂ ਮਾਰੀਆਂ ਤੱਕ ਧੀਆਂ ਦਾ ਹਾਲ ਬਾਦਸ਼ਾਹ ਜੀ ਕਹਿੰਦੇ ਆ ਤੈਂ ਮੈਨੂੰ ਵਾਜਾਂ ਮਾਰੀਆਂ ਤੱਕ ਧੀਆਂ ਦਾ ਹਾਲ ਸਾਲ 84 ਆਣ ਕੇ ਜਦ ਪਤਾਇਆ ਕਹਿਰ ਸਾੜੀਆਂ ਪੱਗਾਂ ਦਾੜੀਆਂ ਪਾ ਗਲਾਂ ਵਿੱਚ ਠਹਿਰ ਉਹ ਮਾਵਾਂ ਹਿੱਕਾਂ ਪਿੱਟੀਆਂ ਤੱਕ ਧੀਆਂ ਦਾ ਹਾਲ ਕੁੜੀਆਂ ਕੰਜ ਕੁਆਰੀਆਂ ਲੈ ਗਏ ਹੁੰਦੇ ਪਾ ਤਿੰਨ ਦਿਨ ਭਾਂਬੜ ਮੱਚਿਆ ਤਿੰਨ ਦਿਨ ਭਾਂਬੜ ਮੱਚਿਆ ਨਾ ਸੁਣੀ ਕਿਸੇ ਫਰਿਆਦ ਤੇਰੇ ਸ਼ਹਿਰ ਹੀ ਵਰਤਿਆ ਤੇ ਤੈਨੂੰ ਹੋਣਾ ਗਿਆ ਕੁੱਤਿਆਂ ਕਾਵਾਂ ਖਾ ਲਏ ਸਣ ਮੋਏ ਇਨਸਾਨ ਉਹ ਮੱਧ ਪਿਆਲੇ ਪੀ ਕੇ ਤੇ ਤੂੰ ਰਹੀ ਗੁਰਤਾ ਬਾਦਸ਼ਾਹ ਜੀ ਕਹਿੰਦੇ ਆ ਮੱਧ ਪਿਆਲੇ ਪੀ ਕੇ ਤੂੰ ਰਹੀ ਗੁਰਤਾਨ ਨਾ ਹਾਦਾ ਨਾਰਾ ਮਾਰਿਆ ਅੱਜ ਸਾਰੇ ਇਹੋ ਕਹਿਣ ਧੀਆਂ ਰੋ ਰੋ ਹੱਫੀਆਂ ਪਰ ਤਾਏ ਨਾ ਪਾਏ ਬਹਿਣ ਧੀਆਂ ਰੋ ਰੋ ਹੱਫੀਆਂ ਪਰ ਤਾਏ ਨਾ ਪਾਏ ਬਹਿਣ ਤੂੰ ਤੇ ਬਹਿ ਗਈ ਅੰਮ੍ਰਿਤਾ ਅੰਦਰੋਂ ਬੂਹੇ ਢੋ ਤੂੰ ਤੇ ਬਹਿ ਗਈ ਅੰਮ੍ਰਿਤਾ ਅੰਦਰੋਂ ਬੂਹੇ ਢੋ ਤੈਨੂੰ ਸੜਦੇ ਮਾਸ ਦੀ ਰਤਾ ਆਈ ਨਾ ਦੋ ਉੱਚੀ ਕੁਰਸੀ ਦੇ ਕੇ ਤੇਰੀ ਲਈ ਕਰਮ ਚੁਰਾ ਉੱਚੀ ਕੁਰਸੀ ਦੇ ਕੇ ਤੇਰੀ ਲਈ ਕਰਮ ਚੁਰਾ ਉਹ ਯਾਦ ਤੇਰੀ ਸੜ ਮੱਚ ਗਈ ਤੇ ਤੈ ਨਾ ਮਾਰੀ ਜੋ ਨੇ ਕਲਮਾ ਫੜਦੇ ਜੋ ਨੇ ਕਲਮਾ ਫੜਦੇ ਉਹਨਾਂ ਕਲਮ ਲੁਕਾਣ ਤਖਤਾਂ ਦੀ ਥਾਂ ਤਖਤ ਉਹ ਕਰਦੇ ਪਰਵਾਨ ਮੈਨੂੰ ਬਾਜਾਂ ਮਾਰ ਕੇ ਤੂੰ ਲਿਖ ਮਾਰੇ ਫਰਮਾਨ ਆਪਣੀ ਬਾਰੀ ਬਚੀਏ ਤੂੰ ਸਕੀ ਨਾ ਫਰਜ਼ ਪਛਾਣ ਕਹਿਣੇ ਸੌਖੇ ਬਚੀਏ ਤੇ ਕਰਨੇ ਔਖੇ ਕੰਮ ਕਹਿਣੇ ਸੌਖੇ ਬਚੀਏ ਤੇ ਕਰਨੇ ਔਖੇ ਕੰਮ ਉੱਚੇ ਅਹੁਦੇ ਬੈਠ ਕੇ ਤੂੰ ਜ਼ੁਲਮ ਸਕੀ ਨਾ ਥੰਮ ਕਲਮ ਨਾਲੋਂ ਕੁਰਸੀ ਤੈਂ ਕਰੀ ਪ੍ਰਧਾਨ ਕਲਮ ਦੇ ਨਾਲੋਂ ਕੁਰਸੀ ਤੈਅ ਕਰੀ ਪ੍ਰਧਾਨ ਤੈਨੂੰ ਮਾਫ਼ ਨਾ ਕਰਨਗੇ ਉਹ ਦੁਖੀ ਇਨਸਾਨ ਜਦੋਂ ਪਤਾ ਮਰ ਜਾਵਣਾ ਅੱਜ ਨਹੀਂ ਤਾਂ ਕੱਲ ਦੱਸ ਕਿਵੇਂ ਤੂੰ ਭੁੱਲ ਗਈ ਇਹ ਜ਼ਰੂਰੀ ਗੱਲ ਕੁਰਸੀ ਛੱਡ ਜੇ ਚੱਕ ਲਈ ਕੁਰਸੀ ਛੱਡ ਜੇ ਚੱਕਦੀ ਬੀਬਾ ਕਲਮ ਕਟਾਰ ਆ ਚੰਦ ਫਰਵਾਹੀ ਵਾਲਾ ਫਿਰ ਲਿਖਦਾ ਤੇਰੀ ਵਾਰ ਆ ਚੰਦ ਫਰਵਾਹੀ ਵਾਲਾ ਫਿਰ ਲਿਖਦਾ ਤੇਰੀ ਵਾਰ ਅਤੇ ਇਸ ਤਰ੍ਹਾਂ ਮਤਲਬ ਜੋ ਜੋ ਹੁੰਦਾ ਹੈਗਾ ਉਹ ਲਿਖਾਰੀ ਦਾ ਫਰਜ਼ ਬਣਦਾ ਹੈਗਾ ਉਹਨੂੰ ਚਲਾਉਣਾ ਪੈਂਦਾ ਤੁਸੀਂ ਦੇਖੋ ਮੈਕਸਿਮਮ ਜਿਹੜੇ ਲੇਖਕ ਹੁੰਦੇ ਨੇ ਉਹ ਆਪਣੇ ਨਾਲ ਅਹੁਦਿਆਂ ਨਾਲ ਵੀ ਜਾਣੇ ਜਾਂਦੇ ਨੇ ਹੁਣ ਹਰਚੰਦ ਸਿੰਘ ਬਾਗੜੀ ਜੀ ਇੰਨੇ ਉੱਚੇ ਅਹੁਦਿਆਂ ਤੇ ਰਹੇ ਆ ਪਰ ਆਪਾਂ ਇਹਨਾਂ ਨੂੰ ਕਲਾ ਨਾਲ ਜਾਣਦੇ ਹਾਂ ਇਹ ਕੈਨੇਡਾ ਦੇ ਵਿੱਚ ਜਿਊਰਰ ਦੀ ਪੋਸਟ ਤੇ ਵੀ ਰਹੇ ਆ ਤੇ ਆਪਾਂ ਇਹਨਾਂ ਤੋਂ ਉਸ ਐਕਸਪੀਰੀਅੰਸ ਬਾਰੇ ਕੁਛ ਸਵਾਲ ਕਰਦੇ ਹਾਂ ਬਾਗੜੀ ਸਾਹਿਬ ਉੱਥੋਂ ਦੀ ਪਹਿਲਾਂ ਤਾਂ ਸਾਨੂੰ ਜਿਊਰੀ ਦਾ ਇੰਨਾ ਨਹੀਂ ਪਤਾ ਤੁਸੀਂ ਉਹਦੇ ਬਾਰੇ ਥੋੜਾ ਚਾਨਣਾ ਪਾਓ ਬੀਬਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨਾ
कि कनेडा दे विच जो मैं जाके पक्का होया मैं जाके एप्लीकेशन देती कि मैं बड़ा मैं बढ़िया लगे मुल्क ते मैं इत्थे रहना चाहुंदा। अफसर ने मैं तरीक देती ते मैं दफ्तर चला गया। एक अफसर आया उन्हें मेरी फाइल चक्की कहते है चैन बैग कह के असी जाके बह गए। उन्हें जिन्हें मैंने सवाल पूछे सर नाल गल की नासर की कित्थे पढ़े की किया उस तो बाद जो उन्हें सारा कुछ किया फिर मैंने पूछे यू वांट बी योर वाइफ ही है तू क्या वाइफ भी चाहना इतने आ गए मैं तो चेता भी नहीं मैं यस सर। उन्हें फिर मुड़ के आप ही टाइप करता सी टाइप करके परमिंदर चिट्ठी भर के उन्हें सारा कुछ करके मैं दसिया मैं वो चिट्ठी आ गई भेजती हैगी है जो डाकटी हो भी आ जाओ तो आ लफारों तू भी डाकटी कर ला। जो मैं मैनू फिर वो अफसर आप उठ के द कमरे तक छड़ आया तो मैं सोच रहा सी भगत सिंह तू यह अफसर तो करते जिन्हों अफसरी का पता जिन्होंने पता भी किमें गल करनी है तो तू आ अफसर बिठा ले तो जिन्होंने अफसरी का पता ही नहीं है किमें सवाल करना यह सोचता मैं घर आ गया। उदों तो मेरा बड़ा प्रभाव मेरे कनेडा का सीगा। फिर उस तो बाद मैं काम कर रहा बैठ रहा तो वैल्ड करते करते मैं चिट्ठी आ जाती है सुप्रीम कोर्ट ऑफ कनेडा यू आर समन्ड बाय दिस एंड दिस तरीक भी इस तरीक तेन समन भेजे जाते हैं तू इतें आ अस तो डर गए आखिर कोई आप कुछ नहीं किया ब्रांट कहते आ गए। तो मैं आपके कजन को फोन किया भी आ गल हैगी कहना भी तू डर ना तो तेन तो आह काम वास्ते बुलाया ये कनेडा की बेहतरी है ये बुढ़ापन है उतो जे कोई किसी के कतल का केस है उन्होंने पूछते हैं तो फैसला जज तो करा कि ज्यूरी तो करा ज्यूरी की होंगी हैगी है वो चुनवे बंदे तो बुढ़िया बीबिया तो मर्द आदमियों को चिट्ठिया घलते है 200 बंदा उत्थे जाता तो जाके जज बैठा जज साहबान बैठे आ इधर वकील बैठा सरकारी इधर वकील बैठा है जिसते कतल का मुकदमा वो फिर ज्यूरी चुनते हैं उन्होंने मर्द औरत पहला उन्होंने 60 चुने 60 चो फिर उन्हें 12 चुने उन्होंने हरचंद सिंह बागड़ी का नाम भी आ गया। उन्होंने दसिया भी कल इन्ने बजे कोर्ट के आना है ये 12 बंद जो तीन है इन्होंने आके मुकदमा सुनना है कतल का तो फिर तुम आपका फैसला दे उदो मेरी उम्र 37 साल की सी तो लाल पग बधी हुई एक सरदार जाके ज्यूरी च बैठा कतल का केस आया कतल के केस बारे मैं तुम बहुत डिटेल से नहीं जावगा भी एक बंद का कतल होंगे जेल कैद कैदी का तो वह तो एक तो मुकदमा है वह तो है भी इन्हें यह तो केस किया नहीं मुकदमा अस सुने वह फैसला किया तो उस दिन ही मैंने फिर चिट्ठी आ गई भी एक मुकदमा होर सुनना है तो तेरी फिर सानू लोड़ है तो फिर मेरी जी उ सिलसिला होया तो सारी करके तो फिर मैं जरूर फिर चुने गया वो भी ए बंदे ने दो बंदे एक्सीडेंट करके मारते कार च भी ये तो मुकदमा हैगा भी इन्हें जान के मारिया या एक्सीडेंट होया वो मुकदमा सुनिया वो मुकदमे किदा चले किमें वकील भुगते वो सारा किताब के मैं दिता है तो यह कनेडा की एक बुढ़ापन है कि आम बंद जज बना के जो है फैसले कर इन्होंने कैनेडा नू सिर्फ बहुत ही ज्यादा उच्चे ओहदे ते ही नहीं रखिया कैनेडा दे विच नस्ली वितकरा हुंदा है ओहदे बारे भी खुल के लिखिया जिथे जिथे कैनेडा ने इन्हां नू शरण च लिया खुशी दित्ती एक ओहदा दित्ता ओहदे बारे भी खुल के अपनी किताब दे विच लिखिया। बाबरी साहब जे तुसीं एक लाइन दे विच अपने साहां दे सफर नू इकट्ठा करना होवे जिवें आपां कहिंदे कुझे समुंदर पाउणा होवे तां तुसीं ओह की कह के पाओगे कहते यही कह के पाऊंगा जी भी जे तुम्हें लगन हैगी है करन दा इरादा हैगा तो फिर तुम ये ना देखो मेरी जड़ा कित्थे ने जेडे बोर्ड ने जिवें पहला दस के हटिया वह खूह दियां मौणां विच भी हो के सरियां जिउंदे हैगे
ਤੇ ਜੇ ਆਪਾਂ ਬਹੁਤਾ ਤੁਸੀਂ ਮਾਂ ਪਿਓ ਤੇ ਵੀ ਇੰਨਾ ਡਿਪੈਂਡ ਹੋਵੋ ਵੀ ਕੋਈ ਗੱਲ ਹੋਈ ਡੈਡੀ ਦੇ ਦਿਓ ਮੈਨੂੰ, ਡੈਡੀ ਦੇ ਦਿਓ, ਮੰਮੀ ਦੇ ਦਿਓ ਤੇ ਕਰਕੇ ਉਹਨਾਂ ਨੇ ਦੇਤਾ ਤੇ ਤੁਸੀਂ ਕੀ ਕੀਤਾ? ਹਾਂਜੀ ਤੇ ਮੇਰੇ ਮੰਮੀ ਡੈਡੀ ਚਿਰੇ ਗਏ ਸੀਗੇ ਤੇ ਪਰ ਉਹ ਮੈਨੂੰ ਪੈਰ ਦੇ ਗਏ ਸੀਗੇ, ਜੜਾਂ ਡੂੰਘੀਆਂ ਸੀਗੀਆਂ, ਹੌਸਲਾ ਦੇ ਗਏ ਸੀਗੇ, ਤੁਰੀ ਗਿਆ ਡਿੱਗਿਆ ਫਿਰ ਵੀ ਤੁਰ ਗਿਆ ਡਿੱਗਿਆ ਤੁਰ। ਮੈਂ ਕੀ ਕੀਤਾ ਸੀ ਨਾ, ਲੋਕਾਂ ਨੂੰ ਪਿਆਰ ਪਾਉਣਾ ਸਿੱਖ ਲਿਆ। ਮਿੜੀ ਜੀ ਬੇਬੇ ਹਾਣ ਦੀ ਆਖ ਬੁਲਾਈ ਮਾਂ, ਉਸਨੇ ਸਿਰ ਤੇ ਕਰ ਲਈ ਮੇਰੇ ਠੰਡੀ ਛਾਂ। ਬੇਬੇ ਦੇ ਹਾਣ ਦੀ ਮਿੜੀ ਨੂੰ ਬੇਬੇ ਕਹਿਤਾ, ਬਾਪੂ ਦੇ ਹਾਣ ਨਾਲ ਬਾਪੂ ਕਹਿਤਾ, ਵੀਰ ਦੇ ਹੱਥ ਨਾਲ ਵੀਰ ਕਹਿਤਾ, ਭੈਣ ਦੇ ਹੱਥ ਭੈਣ ਕਹਿਤਾ। ਤੇ ਉਹ ਚੀਜ਼ਾਂ ਨੇ ਮੈਨੂੰ ਨਾ ਜਿੱਥੇ ਮੈਂ ਗਿਆ ਤੇ ਉੱਥੇ ਹੀ ਸਹਾਰਾ ਦਿੱਤਾ। ਤੇ ਇਸ ਲਈ ਮੈਂ ਤਾਂ ਇਹੀ ਸਾਰਿਆਂ ਨੂੰ ਕਹਿਣਾ ਹੈਗਾ ਬਈ ਮਿੱਠੀ ਜਵਾਨ ਆਪੇ ਗੰਦਲਾਂ ਤੜਾ ਕੇ ਪਤਾ ਲੈ ਜਾਂਦਾ ਜੇ ਆਪਾਂ ਕਹਿ ਕੇ ਹਟੇ ਗਏ ਹਾਂ। ਤੇ ਇਸ ਕਰਕੇ ਤੇ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ, ਲਿਖੇ ਜਾਣਾ ਚਾਹੀਦਾ। ਤਾਂ ਇਸੇ ਨੋਟ ਤੇ ਆਪਾਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ ਤੇ ਲੇਖਕ ਦੀ ਇਸ ਜੀਵਨੀ ਤੋਂ ਤੇ ਜਿਹੜੀਆਂ ਆਪਾਂ ਗੱਲਾਂ ਬਾਤਾਂ ਲਈਆਂ ਇੰਸਪਾਇਰ ਹੋਈਏ ਤੇ ਉਵੇਂ ਜਿਉਣਾ ਸਿੱਖੀਏ। ਧੰਨਵਾਦ।